ਜ਼ੈਨਬ ਕਤਲ ਕੇਸ ਦੀ ਰੋਜ਼ਾਨਾ ਸਮਾਤ ਦਾ ਨੋਟੀਫਿਕੇਸ਼ਨ ਜਾਰੀ। ਚੀਫ ਜਸਟਿਸ ਲਾਹੌਰ ਹਾਈ ਕੋਰਟ ਦੀ ਮਾਤਹਿਤ ਅਦਾਲਤ ਕੋਲ ਚਲਾਨ ਜਮ੍ਹਾਂ ਥੀਵਣ ਦੇ 7 ਦਿਨ ਦੇ ਅੰਦਰ ਫੈਸਲਾ ਕਰਨ ਦੀ ਹਦਾਇਤ। ਡਰੋਨ ਹਮਲੇ 'ਚ ਅਫਗਾਨ ਮੁਹਾਜ਼ਰੀਨ ਨਿਸ਼ਾਨਾ ਬਣੀਏ। ਪਾਕਿਸਤਾਨ 'ਚ ਕਈ ਦਹਿਸ਼ਤਗਰਦ ਤਨਜ਼ੀਮ ਜਾਂ ਠਿਕਾਣੇ ਦਾ ਖਾਤਮਾ ਨਹੀਂ ਥਿਆ। ਅਫਗਾਨ ਮੁਹਾਜ਼ਰੀਨ ਦੇ ਰੂਪ 'ਚ ਲੁਕੇ ਦਹਿਸ਼ਤਗਰਦ ਮਾਰੇ ਗਏ। ਮੁਹਾਜ਼ਰੀਨ ਦੀ ਬਾਇੱਜ਼ਤ ਵਾਪਸੀ ਬਹੁਤ ਜ਼ਰੂਰੀ ਹੈ। ਮੇਜਰ ਜਨਰਲ ਆਸਿਫ ਗਫੂਰ। ਗੁਜਰਾਵਾਲਾ ਦੇ ਸਿਵਲ ਹਸਪਤਾਲ 'ਚ ਧਿੱਕਾ ਦੇਵਣ 'ਤੇ ਖਾਤੂਨ ਇਸ਼ਤਿਹਾਰ 'ਚ ਆ ਗਈ। ਅਮਲੇ ਦੀ ਜੁੱਤੀ ਨਾਲ ਧੁਲਾਈ ਕਰ ਦਿੱਤੀ। ਸ਼ਹਿਰੀਆਂ ਬੀਚ ਬਚਾਓ ਕਰਾਇਆ। ਲਈਏ ਸਾਬਕ ਐਮ ਪੀ ਏ ਦੀ ਗਾਡੀ ਕੋ ਹਾਦਸਾ ਪੇਸ਼ ਆ ਗਿਆ। ਸਾਬਕ ਐਮ ਪੀ ਏ ਸਫਦਰ ਬੱਚੀ ਡਰਾਈਵਰ ਸਮੇਤ ਜ਼ਖਮੀ। ਗਾਡੀ ਮੋਟਰਸਾਈਕਲ ਸਵਾਰ ਕੋ ਬੱਚੇ ਨੇ ਹੋਏ ਕਲਟੀ ਥਈ। ਜ਼ਖਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਦਲਾਲਪੁਰ ਪੀਰਵਾਲੇ 'ਚ ਚੋਰੀ ਅਤੇ ਡਿਕੇਟੀ ਦੀਆਂ ਵਾਰਦਾਤਾਂ 'ਚ ਵਧਾਰਾ। ਇੱਕ ਹਫ਼ਤੇ 'ਚ 15 ਤੋਂ ਵੱਧ ਮੋਟਰਸਾਈਕਲਾਂ ਖਸ ਕੇ ਦੇ ਗਈਆਂ। ਸ਼ਹਿਰੀ ਅਦਮ ਤਹਫ਼ ਦਾ ਸ਼ਿਕਾਰ। ਪੁਲਿਸ ਦੀ ਨਾਕਿਸ ਕਾਰਕਰਦਗੀ ਦੇ ਖਿਲਾਫ਼ ਡੀ ਐੱਸ ਪੀ ਦਫ਼ਤਰ ਦੇ ਬਾਹਰ ਸ਼ਹਿਰੀਆਂ ਦਾ ਇਤਰਾਜੀ ਮੁਜ਼ਾਹਰਾ। ਮੁਜ਼ੱਫਰਗੜ੍ਹ ਸਕੂਲ ਵੈਨ ਅਤੇ ਰਿਕਸ਼ੇ ਤਸਾਦਮ। ਕਾਨੂੰਨ ਨਾਫਜ਼ ਕਰਨ ਲਈ ਇਦਾਰੇ ਦਾ ਅਹਿਲਕਾਰ ਜਾਂ ਬਗ। ਦੋ ਬੰਦੇ ਜ਼ਖਮੀ ਦੇ ਗਏ।